ਦੋ ਬਾਈਕ ਸਵਾਰ ਨੌਜਵਾਨਾਂ ਦੇ ਵੱਲੋਂ ਇੱਕ ਠੇਕੇਦਾਰ ਤੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਉਹੀ ਸੜਕ ਹੈ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਦਮਾਸ਼ਾਂ ਦੇ ਮੂੰਹ ਬੰਨੇ ਹੋਏ ਸੀ, ਮੌਕੇ ਦੀ ਤਲਾਸ਼ ਦੇ ਵਿੱਚ ਸੀ। ਜਿਉਂ ਹੀ ਠੇਕੇਦਾਰ ਬਾਹਰ ਆਇਆ ਤਾਂ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਗੁਰਦੁਆਰਾ ਸਿੰਘਾਂ ਸ਼ਹੀਦਾਂ ਨੇੜੇ ਪਿੰਡ ਤੱਗੜ ਵਾਲੀ ਸੜਕ ਤੇ ਮੂੰਹ ਬੰਨ ਕੇ ਦੋ ਬਦਮਾਸ਼ ਖੜੇ ਹੋਏ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲਾ ਨੂਰ ਮਹਿਲ ਤੋਂ ਸਾਹਮਣੇ ਆਇਆ, ਮਸਾਂ ਹੀ ਠੇਕੇਦਾਰ ਦੀ ਜਾਨ ਬਚੀ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ, ਜਿਨ੍ਹਾਂ ਨੇ ਹਰ ਪੱਖੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਵੀਰ ਜੀ, ਕੀ ਗੱਲਬਾਤ ਹੋਈ ਹੈ ਤੇ ਕੀ ਨਾਮ ਆ ਤੁਹਾਡਾ? ਮੇਰਾ ਪਿੰਡ ਬਿਲਗਾ, ਨਾਮ ਬਰਲਾਸ ਸਿੰਘ ਆ। ਮੈਂ ਕੰਮ ਤੋਂ ਬੰਦੇ ਨੂੰ ਛੱਡ ਕੇ ਆਉਂਦਾ ਸੀ ਸਵੇਰੇ, ਇੱਕ ਬੰਦਾ ਰਹਿ ਗਿਆ ਬਿਲਗੇ ਤੋਂ, ਮੈਨੂੰ ਛੱਡਿਆ ਉਹਨਾਂ ਤੈਨੂੰ, ਉਹਨੂੰ ਛੱਡ ਕੇ ਆਉਂਦਾ ਤੇ ਇਸ ਏਰੀਏ ਵਿੱਚ ਇੱਥੇ ਹੀ ਜਿੱਦਾਂ ਮੈਂ ਆਇਆ ਜਦੋਂ ਨਾ, ਅਤੇ ਦੋ ਬੰਦੇ ਖੜ੍ਹੇ ਸੀ ਇੱਥੇ, ਮੂੰਹ ਸਿਰ ਨੂੰ ਲਪੇਟੇ ਸੀਗੇ, ਅਤੇ ਉਹਨਾਂ ਨੇ ਜਿੱਦਾਂ ਮੈਂ ਥੋੜ੍ਹਾ ਜਿਹਾ ਮੋਟਰਸਾਈਕਲ ਲੱਗੀ ਨੂੰ ਤੋਰ ਕੇ, ਪਹਿਲਾਂ ਖੜ੍ਹੇ ਸੀ ਜਦੋਂ ਮੈਂ ਲੱਗ ਗਿਆ ਕਿ ਮੋਟਰਸਾਈਕਲ ਤੋਰ ਲਿਆ ਉਹਨੇ, ਤੋਰ ਕੇ ਤਾਂ ਮੈਂ ਤਾਂ ਇੱਕ ਫਾਇਰ ਕਰਤਾ ਕੁਦਰਤੀ, ਮੈਂ ਮੋੜ ਕੱਟ ਚੁੱਕਾ ਸੀ ਥੋੜ੍ਹਾ ਜਿਹਾ, ਫਿਰ ਮੈਂ ਮੋਟਰਸਾਈਕਲ ਖਿੱਚ ਦਿੱਤਾ ਜਦੋਂ, ਅਤੇ ਉਦੋਂ ਬਾਅਦ ਚੱਕ ਫਿਰ ਉਹਨਾਂ ਨੇ ਮੈਂ ਫੇਰ ਕੀਤਾ, ਅਤੇ ਫਿਰ ਮੈਂ ਦੇਖੇ ਨਹੀਂ, ਜਦੋਂ ਪਿੱਛੇ ਨਹੀਂ ਮੁੜ ਕੇ ਦੇਖਿਆ, ਮੈਂ ਬਿਲਗੇ ਜਾ ਕੇ ਰੁਕਿਆ। ਕਿਸ ਮੰਸ਼ਾ ਦੇ ਨਾਲ ਤੁਹਾਡੇ 'ਤੇ ਫਾਇਰ ਕੀਤਾ? ਇਹਦਾ ਨਹੀਂ ਪਤਾ ਲੱਗਾ, ਕਿਸੇ ਨਾਲ ਮੇਰਾ ਕੋਈ ਝਗੜਾ ਨਹੀਂ ਹੈਗਾ, ਕੋਈ ਕੁਛ ਨਹੀਂ ਸਮਝ ਆ ਇਹਦੇ ਬਾਰੇ, ਕੋਈ ਪੁਰਾਣੀ ਰੰਜੀ ਹੋਵੇ, ਕਿਸੇ ਨਾਲ ਵੀ ਨਹੀਂ ਹੈਗੀ, ਕੁਛ ਨਹੀਂ ਹੈਗਾ। ਕੰਮ ਕੀ ਕਰਦੇ ਤੁਸੀਂ? ਕੰਮ ਮੈਂ ਠੇਕੇਦਾਰੀ ਕਰਦਾ ਆਪਣੇ ਬਿਲਡਿੰਗ ਲੈ। ਅੱਜ ਤੁਸੀਂ ਇਧਰਲੇ ਇਲਾਕੇ ਦੇ ਵਿੱਚ ਕੀ ਕਰਨ ਆਏ ਸੀ? ਇਧਰਲੇ ਇਲਾਕੇ ਸੁੰਡੜਾ ਕਲਾਂ ਵਿੱਚ ਮੈਂ ਕੰਮ ਚੱਲਦਾ, 20-22 ਸਾਲ ਹੋਏ ਇੱਥੇ ਕੰਮ ਮੇਰਾ ਚੱਲੀ ਜਾਂਦਾ ਇਸ ਪਿੰਡ ਦੇ ਵਿੱਚ। ਅੱਛਾ, ਉਦਾਂ ਬਿਲਗਾ ਮੇਰਾ ਪਿੰਡ। ਉਸ ਤੋਂ ਬਾਅਦ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ? ਕੰਪਲੇਂਟ ਮੈਂ ਬਾਬੇ ਜੀ ਦੀ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਸੀ ਜਿੱਦਾਂ। ਅੱਛਾ, ਜਿਹੜੇ ਪ੍ਰਧਾਨ ਹੈ ਸਾਡੇ। ਹਾਂ, ਤੇ ਉਹਨਾਂ ਨੇ ਫਿਰ ਪੁਲਿਸ ਨੂੰ ਕੀਤਾ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੈਂ ਤਾਂ ਇਹੀ ਮੰਗ ਕਰਦੇ, ਇਹਦਾ ਪਤਾ ਲੱਗਣਾ ਚਾਹੀਦਾ ਕੀ ਕੌਣ ਸੀਗੇ ਬੰਦੇ, ਕਿਉਂਕਿ ਮੇਰਾ ਤਾਂ ਕਿਸੇ ਦੇ ਨਾਲ ਨਹੀਂ ਅੱਜ ਦਿਨ, ਨਾ ਕੋਈ ਵਾਧਾ ਘਾਟਾ ਹੋਇਆ, ਇੱਥੇ ਤੱਕ ਜਾਣ ਵਾਲੀ ਗੱਲ ਨਹੀਂ ਹੋਈ ਆਪਣੀ। ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਹੈਗੀਆਂ ਵਾ, ਉਹਨਾਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਤੇ ਉਹਨਾਂ ਦੇ ਮੂੰਹ ਵਗੈਰਾ ਬੰਨੇ ਹੋਏ ਸੀ? ਮੂੰਹ ਬੰਨੇ ਸੀ ਉਹਨਾਂ ਦੇ, ਉਹਨਾਂ ਨੇ ਇੱਕ ਗੋਲੀ ਤਾਂ ਚਲਾ ਦਿੱਤੀ ਮੇਰੇ ਮੋੜਨ ਤੇ, ਜਿੱਦਾਂ ਇੱਦਾਂ ਲੱਗਾ, ਮੈਨੂੰ ਤਾਂ ਇੱਦਾਂ ਲੱਗਦਾ ਜਿਵੇਂ ਮੇਰੀ ਬੇਟ ਹੀ ਕਰਦੇ ਹੋਊਗੇ, ਹੁਣ ਤਾਂ ਮੈਂ ਤਾਂ ਇਹੀ ਕਹਿ ਸਕਦਾ ਨਾ। ਅਤੇ ਦੂਜੀ ਗੋਲੀ ਫਿਰ ਮੇਰੇ ਮਗਰ ਚਲਾਈ, ਲੱਗੀ ਮੇਰੇ ਕੋਈ ਨਹੀਂ ਬਚਾਅ ਹੋ ਗਿਆ। ਕਾਹਦੇ 'ਤੇ ਸੀਗੇ ਜੀ? ਉਹ ਮੋਟਰਸਾਈਕਲ 'ਤੇ ਸੀਗੇ, ਛੋਟੇ ਮੋਟਰਸਾਈਕਲ ਸੀਗੇ, ਖਰਿਆ ਪਲੈਟੀਨਾ ਸੀਗਾ ਖਰਿਆ, ਜਾਂ ਫਿਰ ਕੁਛ ਹੋਊਗਾ ਛੋਟਾ ਮੋਟਰਸਾਈਕਲ ਸੀ। ਤੁਸੀਂ ਕਾਹਦੇ 'ਤੇ ਸੀ? ਮੈਂ ਬੁਲਟ 'ਤੇ ਸੀਗਾ। ਬੁਲਟ 'ਤੇ ਸੀ? ਹਾਂਜੀ ਹਾਂਜੀ। ਤੇ ਬੁਲਟ ਵਗੈਰਾ ਉੱਪਰ ਉਹਨਾਂ ਨੇ ਗੋਲੀਆਂ ਚਲਾਈਆਂ ਜਾਂ ਤੁਹਾਡੇ ਵੱਲ ਨੂੰ ਗੋਲੀਆਂ ਚਲਾਈਆਂ? ਇਹ ਨਹੀਂ ਪਤਾ ਹੁਣ ਕਿੱਦਾਂ ਚਲਾਈਆਂ, ਬਚਾਅ ਹੋ ਗਿਆ, ਯਾਨੀ ਕਿ ਲੱਗੀ ਨਹੀਂ, ਕਿੰਨਾ ਮੋਟਰਸਾਈਕਲ 'ਤੇ ਲੱਗੀ, ਨਾ ਮੇਰੇ ਲੱਗੀ ਗੋਲੀ। ਠੀਕ, ਹਾਂਜੀ। ਜੀ, ਇੱਕ ਗੋਲੀ ਚੱਲਣ ਦਾ ਕੋਈ ਮਾਮਲਾ ਰੌਲਾ ਪਿਆ ਹੋਇਆ ਕਾਫੀ, ਕੀ ਮਾਮਲਾ ਜੀ ਸਾਰਾ? ਅੱਜ ਸਵੇਰੇ ਸਾਨੂੰ ਤਲਾਹ ਮਿਲੀ, 10:30 ਵਜੇ ਕਰੀਬ ਮਿਲੀ ਸੀ ਤਲਾਹ। ਬਦਰਾਜ ਸਿੰਘ ਸਾਨੂੰ ਦੱਸਿਆ, ਬਾਸੀ ਪਿੰਡ ਬਿਲਗੇ ਦਾ ਰਹਿਣ ਵਾਲਾ ਬੰਦਾ, ਇਹ ਠੇਕੇਦਾਰੀ ਕਰਦਾ, ਕੋਠੀਆਂ ਬਣਾਉਂਦਾ। ਇਹਦੇ ਕਹਿਣ ਦੇ ਮੁਤਾਬਕ ਇਹ ਅੱਜ ਸਵੇਰੇ ਜਦੋਂ ਉੱਥੋਂ ਕਰੀਬ ਕੋਈ 10 ਵਜੇ 9:30 ਦੇ ਲਾਗੇ ਛਾਗੇ ਜਦੋਂ ਸੁਨਾਲਾ ਤੋਂ ਕੰਮ ਕਰਦਾ, ਆਪਣੇ ਠੇਕੇਦਾਰੀ ਤੋਂ ਕੰਮ ਤੋਂ ਆ ਰਿਹਾ ਸੀ, ਇਹ ਕਹਿੰਦਾ ਵੀ ਤੱਕੜਾ ਵਾਲੀ ਸਾਈਡ ਤੋਂ ਦੋ ਬੰਦੇ ਮੋਟਰਸਾਈਕਲ 'ਤੇ ਆਏ ਜਿਨ੍ਹਾਂ ਨੇ ਮੇਰੇ 'ਤੇ ਗੋਲੀ ਚਲਾਈ, ਅਤੇ ਮੈਂ ਮੋਟਰਸਾਈਕਲ ਵਜਾਇਆ ਤਾਂ ਮਗਰ ਮੇਰੇ ਉਹਨਾਂ ਨੇ ਗੋਲੀ ਚਲਾਈ, ਮਗਰ ਅਸੀਂ ਮੌਕੇ 'ਤੇ ਸਾਰੀ ਸ਼ਾਨ ਮਿਲ ਗਈ, ਮੌਕੇ 'ਤੇ ਨਾ ਤਾਂ ਮੈਨੂੰ ਕੋਈ ਦੇਖ ਗੋਲ ਮਿਲਿਆ, ਅਤੇ ਨਾ ਹੀ ਮੌਕੇ 'ਤੇ ਲੱਗ ਜਾ ਪਤਾ ਕੀਤਾ ਵੀ ਉੱਥੇ ਕੋਈ ਗੋਲੀ ਦਿੱਤੀ ਦਿਵਾ ਜਾਏ, ਬਾਕੀ ਉਹਨੂੰ ਦੇਖਦੇ ਮਾਮਲਾ CCTV ਕੈਮਰੇ ਸਾਰੇ ਦੇਖ ਰਹੇ ਹਾਂ, ਜੋ ਵੀ ਬੰਦੀ ਮੈਂ ਦੇਖਾਂਗੇ ਕਾਰਨ ਬੰਦੀ ਅੱਗੇ ਲੱਗ ਜਾਂਦੀ ਆ, ਦੇਖਦੇ ਹਾਂ ਇਹਦੇ 'ਚ ਕੀ ਬਣਦਾ ਜੀ, ਦੇਖਦੇ ਬੰਦੇ ਦਾ ਰਿਕਾਰਡ ਹੋਗਾ ਪਤਾ ਕੀਤਾ ਜਿੱਦਾਂ ਉਹ ਚੈੱਕ ਕਰਾ ਰਹੇ ਸੀ।